ਦੇਖੋ ਅੱਜ ਸ਼ੁਭ ਕਰਨ ਦੀ ਅੰਤਮ ਅਰਦਾਸ 'ਤੇ ਪਹੁੰਚੇ ਹਾਂ ਅਸੀਂ, ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਪਹੁੰਚੇ ਹਾਂ। ਇਸ ਮੌਕੇ ਤਾਂ ਅਸੀਂ ਇਹੀ ਕਹਿ ਸਕਦੇ ਹਾਂ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦੀ ਖਾਤਰ, ਪਰਿਵਾਰ ਦਾ ਹੋਣ ਵਾਲਾ ਘਾਟਾ ਅਸੀਂ ਪੂਰਾ ਤਾਂ ਨਹੀਂ ਕਰ ਸਕਦੇ। ਅੱਜ ਤਾਂ ਚਾਰ ਸ਼ਬਦ ਅਸੀਂ ਉਹ ਪਰਿਵਾਰ ਨੂੰ ਜਿਸ ਤਰ੍ਹਾਂ ਦਾ ਹਾਸੇ ਦਾ ਸਾਹਮਣਾ ਕਰਨਾ ਪੈ ਰਿਹਾ, ਅਸੀਂ ਚਾਰ ਸ਼ਬਦ ਉਹਦੇ ਵਾਸਤੇ ਕਹਿਣਾ ਹੈ। ਦੂਜੀਆਂ ਗੱਲਾਂ ਤਾਂ ਅੱਜ ਅਸੀਂ ਇੱਥੇ ਕਰਨੀਆਂ। ਸਰਕਾਰ ਨੇ ਜੋ ਮੰਗਾਂ ਰੱਖੀਆਂ ਗਈਆਂ ਸ਼ੁਭ ਕਰਨ ਦੇ ਪਰਿਵਾਰ ਨੂੰ ਲੈ ਕੇ, ਉਹਨਾਂ ਸੰਬੰਧੀ ਕੋਈ ਫੈਸਲਾ ਹੋਇਆ? ਜਿਸ ਤਰ੍ਹਾਂ ਸ਼ਹੀਦ ਦਾ ਦਰਜਾ ਸੀ, ਆਰਥਿਕ ਮਦਦ ਸੀ, ਨੌਕਰੀ ਦੀ ਗੱਲ ਸੀ। ਦੇਖੋ ਇਹਨਾਂ ਦਾ ਬਹੁਤਾ ਤਾਂ ਸੰਬੰਧਿਤ ਜਥੇਬੰਦੀਆਂ ਨੂੰ ਪਤਾ, ਜਿਹੜੇ ਫੋਰਮ ਦੇ ਲੋਕ ਉਹਨਾਂ ਨੇ ਗੱਲਬਾਤ ਸਰਕਾਰ 'ਚ ਜਾਂਦੇ ਨੇ, ਬਹੁਤਾ ਤਾਂ ਉਹ ਹੀ ਕਹਿ ਸਕਦੇ। ਪਰ ਜਿੰਨੀਆਂ ਕੁ ਮੇਰੇ ਧਿਆਨ 'ਚ ਆਈਆਂ ਨੇ, ਜਿੰਨੀਆਂ ਕੁ ਉਹਨਾਂ ਨੂੰ ਠੀਕ ਲੱਗੀਆਂ, ਉਹ ਉਹਨਾਂ ਨੇ ਸਰਕਾਰ ਤੋਂ ਮੰਗਵਾ ਲਈਆਂ ਅਤੇ ਮੰਨੀਆਂ ਹੋਈਆਂ ਮੰਗਾਂ ਨੇ। ਉਹਦੇ 'ਚ ਕੀ ਗਲਤ ਹੈ, ਕੀ ਠੈਕ ਹੈ, ਇਹ ਕਹਿਣ ਦਾ ਸਾਨੂੰ ਤਿਆਰ ਹੈ ਨਹੀਂ, ਅਤੇ ਇਹ ਕਹਿਣ ਦਾ ਸਾਨੂੰ ਸੋਭਦਾ ਵੀ ਨਹੀਂ, ਕਿਉਂਕਿ ਇੱਕ ਜਥੇਬੰਦੀ ਨੇ ਆਪਣੀ ਮਰਜ਼ੀ ਨਾਲ ਫੈਸਲੇ ਕੀਤੇ ਨੇ, ਉਹਨਾਂ ਨੇ ਕੀ ਗਲਤ ਕੀਤਾ ਕੀ ਨਹੀਂ ਕੀਤਾ, ਸਰਕਾਰ ਨਾਲ ਗੱਲਬਾਤ ਕਿੰਨੀ ਕੁ ਚੱਲੀ ਹੈ, ਉਹਨਾਂ ਨੂੰ ਵੀ ਪਤਾ ਹੈ, ਅਸੀਂ ਇਹਦੇ ਬਾਰੇ ਜ਼ਿਆਦਾ ਕੁਛ ਨਹੀਂ ਕਰ ਸਕਦੇ। ਏਕਤਾ ਦੀ ਲਗਾਤਾਰ ਗੱਲ ਜਾ ਰਹੀ ਹੈ, ਆਉਂਦੇ ਦਿਨਾਂ 'ਚ ਇੱਕ ਮੰਚ ਦੇ ਦੇਖਣ ਨੂੰ ਮਿਲਣਗੀਆਂ ਪੰਜਾਬ ਦੇ ਜਿਹੜੇ ਦੋ ਫਾਰਮ ਬਣੇ ਹੋਏ ਆ। ਅੱਜ ਹੀ ਦੇਖ ਲਓਗੇ ਇੱਕ ਮੰਚ ਦੇ, ਤਾਂ ਮੰਚ ਦੇ ਤਾਂ ਐਂ ਦੇਖਦੀਆਂ ਅਸੀਂ, ਐਂ ਸਾਡੀ ਗੋਲੀ ਤਾਂ ਨਹੀਂ ਚੱਲੀ, ਸੰਸਕਾਰ ਵਾਲੇ ਦਿਨ ਵੀ ਅਸੀਂ ਸਾਰੇ ਇੱਕ ਮੰਚ 'ਤੇ ਸੀ, ਅੱਜ ਭੋਗ ਹੋਣਾ, ਅੱਜ ਵੀ ਸਾਰੇ ਅਸੀਂ ਇੱਕ ਮੰਚ 'ਤੇ ਮਿਲਾਂਗੇ ਅਸੀਂ। ਇਸ ਤਰ੍ਹਾਂ ਇਕੱਠੇ ਹੋ ਕੇ ਸੰਘਰਸ਼ ਕਰਨਾ ਅਤੇ ਇਕੱਠੇ ਹੋ ਕੇ ਲੜਨਾ, ਸਾਂਝੀਆਂ ਮੰਗਾਂ 'ਤੇ ਲੜਨਾ, ਉਹਦੀ ਕੋਸ਼ਿਸ਼ ਲਗਾਤਾਰ ਜਾਰੀ ਹੈ ਸਾਡੀ। ਅਸੀਂ 26 ਨੂੰ ਗਏ ਹਾਂ, ਮੁੜ ਕੇ ਫਿਰ ਅਸੀਂ 1 ਤਰੀਕ ਨੂੰ ਗਏ ਹਾਂ, ਅਸੀਂ ਲਗਾਤਾਰ ਉਹਨਾਂ ਨਾਲ ਦੋ ਵਾਰ ਰਾਊਂਡ ਸਾਡੇ ਧਨੇਰ ਨਾਲ ਲੱਗ ਗਏ, ਇੱਕ ਚੰਡੂਨੀ ਨਾਲ ਲੱਗ ਗਿਆ, ਇੱਕ ਕਾਕਾ ਕੋੜਾ ਨਾਲ ਲੱਗ ਗਿਆ। ਅਸੀਂ ਲਿਖਤੀ ਵੀ ਦੇ ਆਏ ਹਾਂ 8 ਮੰਗਾਂ ਦੇ, 8 ਨੁਕਤੇ ਉਹਨਾਂ ਨੂੰ ਵੀ ਇਹਨਾਂ ਮੰਗਾਂ 'ਤੇ ਵਿਚਾਰ ਕਰੋ। ਉਹ ਸਾਥੀਆਂ ਦਾ ਜਵਾਬ ਇਹ ਹੈ ਵੀ ਅਸੀਂ ਇਹ ਹਦਾਇਤ ਕਰਕੇ ਤੁਹਾਨੂੰ ਦੱਸਾਂਗੇ, ਉਹਨਾਂ ਦੀ ਜਵਾਬ ਮੋੜਵਾਂ ਜਵਾਬ ਆਉਂਦਾ ਕਿ ਨਹੀਂ ਆਉਂਦਾ, ਇਹਦਾ ਇੰਤਜ਼ਾਰ ਤਾਂ ਸਾਨੂੰ ਕਰਨਾ ਹੀ ਪੈਣਾ। ਨਾ ਵੀ ਆਇਆ ਅਸੀਂ ਫਿਰ ਵੀ ਸਾਥੀਆਂ ਕੋਲ ਜਾਵਾਂਗੇ ਵੀ ਯਾਰ ਨਹੀਂ ਨਹੀਂ ਕੁਝ ਨਾ ਕੁਝ ਸੋਚੋ, ਅਸੀਂ ਮੈਕਸੀਮਮ ਨਹੀਂ ਤਾਂ ਮਿਨੀਮਮ ਏਕਤਾ ਜ਼ਰੂਰ ਕਰੋ, ਇਹ ਅਸੀਂ ਉਪਰਾਲਾ ਅਤੇ ਹਿੰਮਤ ਅਸੀਂ ਛੱਡਾਂਗੇ। ਹਿੰਮਤ ਦੀ ਤੁਸੀਂ ਗੱਲ ਕਰ ਰਹੇ ਹੋ, ਲਗਾਤਾਰ ਜਿਹੜਾ ਹੈਗਾ ਸਮਝੌਤੇ ਦੀ ਗੱਲ ਚੱਲਦੀ ਹੈ, ਪਰ ਕਿਤੇ ਨਾ ਕਿਤੇ ਜਾ ਕੇ ਫਿਰ ਜਿਹੜੀ ਵਾਪਸ ਮੋੜ ਆਉਂਦੀ ਹੈ। ਇਸ ਤਰ੍ਹਾਂ ਹੀ ਹੁੰਦਾ ਜਥੇਬੰਦੀਆਂ 'ਚ, ਘਰਾਂ 'ਚ ਵੀ ਐਂ ਹੋ ਜਾਂਦਾ ਹੁੰਦਾ, ਕਈ ਵਾਰ ਕਿਸੇ ਨਾਲ ਸਮਝੌਤਾ ਵੀ ਹੋ ਜਾਂਦਾ ਮਗਰ ਟੁੱਟ ਜਾਂਦਾ, ਪਰ ਉਪਰਾਲਾ ਨਹੀਂ ਛੱਡਣਾ ਚਾਹੀਦਾ, ਹਿੰਮਤ ਨਹੀਂ ਛੱਡਣੀ ਚਾਹੀਦੀ, ਇਹਦੇ ਸਿੱਟੇ ਚੰਗੀ ਨਿਕਲਦੇ ਨੇ, ਇਹ ਪੋਜ਼ਿਟਿਵ ਹੀ ਹੈ। ਦੇਖੋ ਅੱਜ ਸ਼ੁਭ ਕਰਨ ਦੀ ਅੰਤਮ ਅਰਦਾਸ 'ਤੇ ਪਹੁੰਚੇ ਹਾਂ ਅਸੀਂ, ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਪਹੁੰਚੇ ਹਾਂ। ਇਸ ਮੌਕੇ ਤਾਂ ਅਸੀਂ ਇਹੀ ਕਹਿ ਸਕਦੇ ਹਾਂ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦੀ ਖਾਤਰ, ਪਰਿਵਾਰ ਦਾ ਹੋਣ ਵਾਲਾ ਘਾਟਾ ਅਸੀਂ ਪੂਰਾ ਤਾਂ ਨਹੀਂ ਕਰ ਸਕਦੇ। ਅੱਜ ਤਾਂ ਚਾਰ ਸ਼ਬਦ ਅਸੀਂ ਉਹ ਪਰਿਵਾਰ ਨੂੰ ਜਿਸ ਤਰ੍ਹਾਂ ਦਾ ਹਾਸੇ ਦਾ ਸਾਹਮਣਾ ਕਰਨਾ ਪੈ ਰਿਹਾ, ਅਸੀਂ ਚਾਰ ਸ਼ਬਦ ਉਹਦੇ ਵਾਸਤੇ ਕਹਿਣਾ ਹੈ। ਦੂਜੀਆਂ ਗੱਲਾਂ ਤਾਂ ਅੱਜ ਅਸੀਂ ਇੱਥੇ ਕਰਨੀਆਂ। ਸਰਕਾਰ ਨੇ ਜੋ ਮੰਗਾਂ ਰੱਖੀਆਂ ਗਈਆਂ ਸ਼ੁਭ ਕਰਨ ਦੇ ਪਰਿਵਾਰ ਨੂੰ ਲੈ ਕੇ, ਉਹਨਾਂ ਸੰਬੰਧੀ ਕੋਈ ਫੈਸਲਾ ਹੋਇਆ? ਜਿਸ ਤਰ੍ਹਾਂ ਸ਼ਹੀਦ ਦਾ ਦਰਜਾ ਸੀ, ਆਰਥਿਕ ਮਦਦ ਸੀ, ਨੌਕਰੀ ਦੀ ਗੱਲ ਸੀ। ਦੇਖੋ ਇਹਨਾਂ ਦਾ ਬਹੁਤਾ ਤਾਂ ਸੰਬੰਧਿਤ ਜਥੇਬੰਦੀਆਂ ਨੂੰ ਪਤਾ, ਜਿਹੜੇ ਫੋਰਮ ਦੇ ਲੋਕ ਉਹਨਾਂ ਨੇ ਗੱਲਬਾਤ ਸਰਕਾਰ 'ਚ ਜਾਂਦੇ ਨੇ, ਬਹੁਤਾ ਤਾਂ ਉਹ ਹੀ ਕਹਿ ਸਕਦੇ। ਪਰ ਜਿੰਨੀਆਂ ਕੁ ਮੇਰੇ ਧਿਆਨ 'ਚ ਆਈਆਂ ਨੇ, ਜਿੰਨੀਆਂ ਕੁ ਉਹਨਾਂ ਨੂੰ ਠੀਕ ਲੱਗੀਆਂ, ਉਹ ਉਹਨਾਂ ਨੇ ਸਰਕਾਰ ਤੋਂ ਮੰਗਵਾ ਲਈਆਂ ਅਤੇ ਮੰਨੀਆਂ ਹੋਈਆਂ ਮੰਗਾਂ ਨੇ। ਉਹਦੇ 'ਚ ਕੀ ਗਲਤ ਹੈ, ਕੀ ਠੈਕ ਹੈ, ਇਹ ਕਹਿਣ ਦਾ ਸਾਨੂੰ ਤਿਆਰ ਹੈ ਨਹੀਂ, ਅਤੇ ਇਹ ਕਹਿਣ ਦਾ ਸਾਨੂੰ ਸੋਭਦਾ ਵੀ ਨਹੀਂ, ਕਿਉਂਕਿ ਇੱਕ ਜਥੇਬੰਦੀ ਨੇ ਆਪਣੀ ਮਰਜ਼ੀ ਨਾਲ ਫੈਸਲੇ ਕੀਤੇ ਨੇ,
ਉਹਨਾਂ ਨੇ ਕੀ ਗਲਤ ਕੀਤਾ ਕੀ ਨਹੀਂ ਕੀਤਾ, ਸਰਕਾਰ ਨਾਲ ਗੱਲਬਾਤ ਕਿੰਨੀ ਕੁ ਚੱਲੀ ਹੈ ਉਹਨਾਂ ਨੂੰ ਵੀ ਪਤਾ ਹੈ, ਅਸੀਂ ਇਹਦੇ ਬਾਰੇ ਜ਼ਿਆਦਾ ਕੁਛ ਨਹੀਂ ਕਰ ਸਕਦੇ। ਏਕਤਾ ਦੀ ਲਗਾਤਾਰ ਗੱਲ ਜਾ ਰਹੀ ਹੈ, ਆਉਂਦੇ ਦਿਨਾਂ 'ਚ ਇੱਕ ਮੰਚ ਦੇ ਦੇਖਣ ਨੂੰ ਮਿਲਣਗੀਆਂ ਪੰਜਾਬ ਦੇ ਜਿਹੜੇ ਦੋ ਫਾਰਮ ਬਣੇ ਹੋਏ ਆ। ਅੱਜ ਹੀ ਦੇਖ ਲਓਗੇ ਇੱਕ ਮੰਚ ਦੇ ਤਾਂ ਮੰਚ ਦੇ ਤਾਂ ਐਂ ਦੇਖਦੇ ਹਾਂ ਅਸੀਂ, ਐਂ ਸਾਡੀ ਗੋਲੀ ਤਾਂ ਨਹੀਂ ਚੱਲੀ, ਸੰਸਕਾਰ ਵਾਲੇ ਦਿਨ ਵੀ ਅਸੀਂ ਸਾਰੇ ਇੱਕ ਮੰਚ 'ਤੇ ਸੀ, ਅੱਜ ਭੋਗ ਹੋਣਾ, ਅੱਜ ਵੀ ਸਾਰੇ ਅਸੀਂ ਇੱਕ ਮੰਚ 'ਤੇ ਮਿਲਾਂਗੇ ਅਸੀਂ। ਇਸ ਤਰ੍ਹਾਂ ਇਕੱਠੇ ਹੋ ਕੇ ਸੰਘਰਸ਼ ਕਰਨਾ ਅਤੇ ਇਕੱਠੇ ਹੋ ਕੇ ਲੜਨਾ, ਸਾਂਝੀਆਂ ਮੰਗਾਂ 'ਤੇ ਲੜਨਾ, ਉਹਦੀ ਕੋਸ਼ਿਸ਼ ਲਗਾਤਾਰ ਜਾਰੀ ਹੈ ਸਾਡੀ। ਅਸੀਂ 26 ਨੂੰ ਗਏ ਹਾਂ, ਮੁੜ ਕੇ ਫਿਰ ਅਸੀਂ 1 ਤਰੀਕ ਨੂੰ ਗਏ ਹਾਂ, ਅਸੀਂ ਲਗਾਤਾਰ ਉਹਨਾਂ ਨਾਲ ਦੋ ਵਾਰ ਰਾਊਂਡ ਸਾਡੇ ਧਨੇਰ ਨਾਲ ਲੱਗ ਗਏ, ਇੱਕ ਚੰਡੂਨੀ ਨਾਲ ਲੱਗ ਗਿਆ, ਇੱਕ ਕਾਕਾ ਕੋੜਾ ਨਾਲ ਲੱਗ ਗਿਆ। ਅਸੀਂ ਲਿਖਤੀ ਵੀ ਦੇ ਆਏ ਹਾਂ 8 ਮੰਗਾਂ ਦੇ, 8 ਨੁਕਤੇ ਉਹਨਾਂ ਨੂੰ ਵੀ ਇਹਨਾਂ ਮੰਗਾਂ 'ਤੇ ਵਿਚਾਰ ਕਰੋ। ਉਹ ਸਾਥੀਆਂ ਦਾ ਜਵਾਬ ਇਹ ਹੈ ਵੀ ਅਸੀਂ ਇਹ ਹਦਾਇਤ ਕਰਕੇ ਤੁਹਾਨੂੰ ਦੱਸਾਂਗੇ, ਉਹਨਾਂ ਦੀ ਜਵਾਬ ਮੋੜਵਾਂ ਜਵਾਬ ਆਉਂਦਾ ਕਿ ਨਹੀਂ ਆਉਂਦਾ, ਇਹਦਾ ਇੰਤਜ਼ਾਰ ਤਾਂ ਸਾਨੂੰ ਕਰਨਾ ਹੀ ਪੈਣਾ। ਨਾ ਵੀ ਆਇਆ ਅਸੀਂ ਫਿਰ ਵੀ ਸਾਥੀਆਂ ਕੋਲ ਜਾਵਾਂਗੇ ਵੀ ਯਾਰ ਨਹੀਂ ਨਹੀਂ ਕੁਛ ਨਾ ਕੁਛ ਸੋਚੋ, ਅਸੀਂ ਮੈਕਸੀਮਮ ਨਹੀਂ ਤਾਂ ਮਿਨੀਮਮ ਏਕਤਾ ਜ਼ਰੂਰ ਕਰੋ, ਇਹ ਅਸੀਂ ਉਪਰਾਲਾ ਅਤੇ ਹਿੰਮਤ ਅਸੀਂ ਛੱਡਾਂਗੇ। ਹਿੰਮਤ ਦੀ ਤੁਸੀਂ ਗੱਲ ਕਰ ਰਹੇ ਹੋ, ਲਗਾਤਾਰ ਜਿਹੜਾ ਹੈਗਾ ਸਮਝੌਤੇ ਦੀ ਗੱਲ ਚੱਲਦੀ ਹੈ ਪਰ ਕਿਤੇ ਨਾ ਕਿਤੇ ਜਾ ਕੇ ਫਿਰ ਜਿਹੜੀ ਵਾਪਸ ਮੋੜ ਆਉਂਦੀ ਹੈ। ਇਸ ਤਰ੍ਹਾਂ ਹੀ ਹੁੰਦਾ ਜਥੇਬੰਦੀਆਂ 'ਚ, ਘਰਾਂ 'ਚ ਵੀ ਐਂ ਹੋ ਜਾਂਦਾ ਹੁੰਦਾ, ਕਈ ਵਾਰ ਕਿਸੇ ਨਾਲ ਸਮਝੌਤਾ ਵੀ ਹੋ ਜਾਂਦਾ ਮਗਰ ਟੁੱਟ ਜਾਂਦਾ, ਪਰ ਉਪਰਾਲਾ ਨਹੀਂ ਛੱਡਣਾ ਚਾਹੀਦਾ, ਹਿੰਮਤ ਨਹੀਂ ਛੱਡਣੀ ਚਾਹੀਦੀ, ਇਹਦੇ ਸਿੱਟੇ ਚੰਗੇ ਨਿਕਲਦੇ ਨੇ, ਇਹ ਪੋਜ਼ਿਟਿਵ ਹੀ ਹੈ। ਥੈਂਕ ਯੂ।